ਮਣੀਪੁਰ ਕਾਂਡ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਣੀਪੁਰ ਦੇ ਵਿੱਚ ਮਹੀਨਿਆਂ ਬਾਅਦ ਇੰਟਰਨੈਟ ਤੇ ਲੱਗੀ ਪਾਬੰਦੀ ਨੂੰ ਬਾਅਦਸ਼ਰਤ ਹਟਾ ਦਿੱਤਾ ਗਿਆ ਸਰਕਾਰੀ ਹੁਕਮਾਂ ਦੇ ਮੁਤਾਬਕ ਬ੍ਰੌਡਬੈਂਡ ਸੇਵਾਵਾਂ ਮਹਾਲ ਕਰਨ ਦੇ ਲਈ ਸ਼ਰਤਾਂ ਰੱਖੀਆਂ ਗਈਆਂ ਨੇ ਮੋਬਾਈਲ ਇੰਟਰਨੈਟ ਤੇ ਪਾਬੰਦੀ ਹੈ ਜਿਹੜੀ ਉਹ ਹਾਲੇ ਬਰਕਰਾਰ ਰਹੇਗੀ ਮਣੀਪੁਰ ਸਰਕਾਰ ਨੇ ਕੱਲ ਅਸਾਮ ਰਾਈਫਲਸ ਤੋਂ ਮਿਆਂਮਾਰ ਦੇ 718 ਨਾਗਰਿਕਾਂ ਦੇ ਮਣੀਪੁਰ ਪਹੁੰਚਣ ਦੀ 2 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ ਸਰਕਾਰ ਨੇ ਕਿਹਾ ਕਿ 22 ਤੇ 23 ਜੁਲਾਈ ਨੂੰ 718 ਨਾਗਰਿਕਾਂ ਨੂੰ ਜ਼ਰੂਰੀ ਦਸਤਾਵੇਜ਼ਾਂ ਤੋਂ ਭਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ ਆਸਾਮ ਰਾਈਫਲਸ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੇ ਸਮੇਂ ਜਦੋਂ ਮਣੀਪੁਰ ਦੇ ਵਿੱਚ ਦੋ ਮਹੀਨਿਆਂ ਤੋਂ ਹਿੰਸਾ ਚੱਲ ਰਹੀ ਹੈ ਤੁਹਾਡੀ ਨਿਗਰਾਨੀ ਦੇ ਬਾਵਜੂਦ ਮਾਇਨਮਾਰ ਦੇ ਇੰਨੇ ਨਾਗਰਿਕ ਦੋ ਦਿਨਾਂ ਦੇ ਵਿੱਚ ਭਾਰਤ ਕਿਵੇਂ ਪਹੁੰਚ ਗਏ ਐਨਡੀ ਟੀਵੀ ਦੀ ਰਿਪੋਰਟ ਦੇ ਮੁਤਾਬਕ ਸੁਭਸਰ ਕਾਨ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਹ ਪਤਾ ਲਗਾਉਣ ਦਾ ਕੋਈ ਤਰੀਕਾ ਨਹੀਂ ਹੈ ਕਿ ਮਾਇਨਮਾਰ ਤੋਂ ਭਾਰਤ ਆਏ ਨਾਗਰਿਕ ਹਥਿਆਰ ਲੈ ਕੇ ਆਏ ਹਨ ਜਾਂ ਫਿਰ ਨਹੀਂ ਆਸਾਮ ਰਾਈਫਲਸ ਨੇ ਜਾਣਕਾਰੀ ਦਿੱਤੀ ਕਿ 718 ਮਾਇਨਮਾਰ ਦੇ ਨਾਗਰਿਕ ਮਣੀਪੁਰ ਚ ਦਾਖਲ ਹੋਏ ਨੇ ਆਉਣ ਵਾਲੇ ਲੋਕਾਂ ਦੇ ਵਿੱਚ 209 ਪੁਰਸ਼ 200 ਤੋਂ ਤੱਕ ਤਿੰਨ ਸੋ ਇੱਕ ਬੱਚੇ ਸ਼ਾਮਿਲ ਨੇ ਮੈ ਮਨੀਪੁਰ ਦੀ ਸਰਕਾਰ ਨੇ ਮਿਆਂਮਾਰ ਤੋਂ ਆਉਣ ਵਾਲੇ ਲੋਕਾਂ ਦੀਆਂ ਤਸਵੀਰਾਂ ਤੇ ਬਾਇਓਮੈਟ੍ਰਿਕ ਜਾਣਕਾਰੀ ਇਕੱਠੀ ਕਰਨ ਦੇ ਲਈ ਕਿਹਾ ਹੈ ਉਧਰ ਸਦਨ ਦੇ ਵਿੱਚ ਅੱਜ ਵੀ ਮਨੀਪੁਰ ਮੁੱਦੇ ਤੇ ਹੰਗਾਮਾ ਹੁੰਦਾ ਰਿਹਾ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕੀਤੀ ਗਈ ਇਸ ਤੋਂ ਬਾਅਦ ਵੀ ਰੌਲਾ ਰੱਪਾ ਜਾਰੀ ਰਹਿਣ ਕਰਕੇ ਸਦਨ ਦੁਪਹਿਰੇ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਤੇ ਸਦਨ ਦੇ ਚੌਥੇ ਦਿਨ ਲਗਾਤਾਰ ਇਸੇ ਮੁੱਦੇ ਤੇ ਹੀ ਹੰਗਾਮਾ ਹੋ ਰਿਹਾ ਹੈ ਲੋਕ ਸਭਾ ਹੋਵੇ ਚਾਹੇ ਰਾਜ ਸਭਾ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਨਾਰੇਬਾਜ਼ੀ ਕਰਕੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਦੁਪਹਿਰੇ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਉਸ ਤੋਂ ਬਾਅਦ ਮੁੜ ਜੁੜੀ ਤਾਂ ਫਿਰ 5 ਵਜੇ ਤੱਕ ਮੁਲਤਵੀ ਕੀਤੀ ਗਈ ਤੇ ਫਿਰ ਫਿਰ ਜਦੋਂ ਰੌਲਾ ਪੈਂਦਾ ਰਿਹਾ ਤਾਂ ਪੂਰੇ ਦਿਨ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹਾਲਾਂਕਿ ਅੱਜ ਲੋਕ ਸਭਾ ਨੇ ਬਹੁ ਰਾਜੀ ਸਹਿਕਾਰੀ ਸੁਆਵਾ ਸੋਧ ਵਿਲ 2022 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਸਦਨ ਨੂੰ ਕੱਲ੍ਹ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਚੀਨ ਦੇ ਵਿਦੇਸ਼ ਮੰਤਰੀ ਚਿਨ ਗੈਂਗ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਉਹਨਾਂ ਦੀ ਨਿਯੁਕਤੀ 7 ਮਹੀਨੇ ਪਹਿਲਾਂ ਹੋਈ ਸੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਮੁਖੀ ਵਾਂਗ ਹੀ ਹੁਣ ਇਹ ਅਹੁਦਾ ਸੰਭਾਲਣਗੇ ਇਸ ਤੋਂ ਪਹਿਲਾਂ ਉਹ ਵਿਦੇਸ਼ ਮੰਤਰੀ ਸਨ ਚਿਨ ਲੰਬੇ ਸਮੇਂ ਤੱਕ ਜਨਤਕ ਤੌਰ ਤੇ ਸਾਹਮਣੇ ਨਹੀਂ ਆਏ ਤੇ ਉਹਨਾਂ ਦੇ ਮੰਤਰਾਲੇ ਨਵੀਂਸ ਤੇ ਚੁੱਪੀ ਧਾਰੀ ਰੱਖੀਏ ਜਿਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ 사ਊਦੀ ਅਰਬ ਦੀ ਸਰਕਾਰ ਨੇ ਦੱਸਿਆ ਕਿ ਮੱਕਾ ਦੇ ਵਿੱਚ ਕੱਲ ਯਾਨਕਿ ਸੋਮਵਾਰ ਨੂੰ ਦੇਸ਼ ਦੇ ਦੋ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਦੋਵੇਂ ਭੈਣ ਭਰਾ ਨੇ ਦੋਵਾਂ ਨੂੰ ਆਪਣੇ ਮਾ ਦੋਸ਼ੀ ਪਾਇਆ ਗਿਆ ਅਲ ਅਰਬੀਆ ਦੀ ਖਬਰ ਦੇ ਮੁਤਾਬਿਕ ਅਬਦੁੱਲਾ ਅਜੀਜ਼ ਬਿਨ ਫਹਿਦ ਬਿਨ ਗਿਆਆ ਅਲ ਹਰੇਥੀ ਦੀ ਉਸਦੀ ਭੈਣ ਉਹਦ ਨੇ ਆਪਣੀ ਮਾਂ ਤੇ ਦੋ ਭਰਾਵਾਂ ਦੇ ਭੋਜਨ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਇਸ ਤੋਂ ਬਾਅਦ ਦੋਵੇਂ ਭੈਣ ਭਰਾਵਾਂ ਨੇ ਆਪਣੀ ਮਾਂ ਤੇ ਇੱਕ ਭਰਾ ਨੂੰ ਗੋਲੀ ਮਾਰ ਦਿੱਤੀ ਅਗਲੇ ਦਿਨ ਦੂਜੇ ਭਰਾ ਨੂੰ ਵੀ ਮਾਰ ਦਿੱਤਾ ਜੁਰਮ ਤੋਂ ਬਾਅਦ ਦੋਵਾਂ ਨੇ ਮਿਲ ਕੇ ਲਾਸ਼ਾਂ ਨੂੰ ਇੱਕ ਜਗ੍ਹਾ ਤੇ ਉਹ ਲੈ ਕੇ ਗਏ ਫਿਰ ਉਹਨਾਂ ਦੇ ਉਹਨਾਂ ਨੇ ਆਪਣੇ ਪਿਤਾ ਨੂੰ ਉੱਥੇ ਬੁਲਾਇਆ ਤੇ ਪਿਤਾ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਕਾਨੂੰਨੀ ਤਾਰਤੇ ਪਾਕਿਸਤਾਨ ਪਹੁੰਚੀ ਦੋ ਬੱਚਿਆਂ ਦੀ ਭਾਰਤੀ ਮਾਂ ਅੰਜੂ ਨੇ ਅੱਜ ਇਸਲਾਮ ਕਬੂਲ ਕਰਕੇ ਆਪਣੇ ਪਾਕਿਸਤਾਨੀ ਦੋਸਤ ਦੇ ਨਾਲ ਵਿਆਹ ਕਰਵਾ ਲਿਆ ਅੰਜੂ ਦੀ ਉਮਰ 34 ਸਾਲ ਹੈ ਤੇ ਪਾਕਿਸਤਾਨੀ ਲਾੜਾ ਨਸਰੁੱਲਾ 29 ਸਾਲ ਦਾ ਹੈ 2019 ਦੇ ਵਿੱਚ ਫੇਸਬੁੱਕ ਤੇ ਦੋਵੇਂ ਦੋਸਤ ਬਣੇ ਸਨ ਜੋੜੇ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਸਥਾਨਕ ਅਦਾਲਤ ਦੇ ਵਿੱਚ ਵਿਆਹ ਕਰਵਾਇਆ ਅੱਪਰ ਦੀਰ ਜ਼ਿਲ੍ਹੇ ਦੇ ਮੁਹਰਰ ਸਿਟੀ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਮੁਹੰਮਦ ਵਹਾਬ ਨੇ ਦੱਸਿਆ ਕਿ ਨਸਰੁੱਲਾ ਤੇ ਅੰਜੂ ਦਾ ਵਿਆਹ ਹੋ ਗਿਆ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ ਤੇ ਉਹ ਹੁਣ ਕਬੂਲ ਕਰ ਲਿਆ ਤੇ ਉਹ ਹੁਣ ਆਪਣੇ ਮੁਸਲਿਮ ਪਤੀ ਦੇ ਨਸਰुल्लाह ਦੇ ਘਰ ਰਹਿ ਰਹੀ ਹੈ ਤੇ ਉਸ ਦਾ ਨਾਮ ਫਾਤਿਮਾ ਰੱਖਿਆ ਗਿਆ